ਇਹ ਬਾਈ ਸਾਨੂੰ ਪਰੇਸ਼ਾਨ ਕਰਦਾ ਰੋਜ਼ ਡੇਲੀ ਆ ਕੇ ਵੀ ਮੈਨੂੰ ਸਬਜ਼ੀ ਦਿਓ, ਅਸੀਂ ਸਬਜ਼ੀ ਦਿੰਦੇ ਨਹੀਂ ਅਤੇ ਨਹੀਂ ਅਗੇ ਰੇੜੀਆਂ ਘਰ ਲੈ ਜਾਓ ਆਦੀਆਂ ਚੱਕ ਕੇ, ਇਹਦਾ ਹੱਲ ਕਰੋ ਜੀ। ਇਹ ਸਾਨੂੰ ਰੋਜ਼ ਪਰੇਸ਼ਾਨ ਕਰਦਾ ਆ ਕੇ ਇੱਥੇ। ਹਾਂ ਆ ਇਹਦਾ ਮੋਟਰਸਾਈਕਲ ਨੰਬਰ ਆ, ਆ ਇਹਦਾ ਆਈ ਕਾਰਡ ਆ, ਥੱਲੇ ਕਰਵਾ ਦਿਓ ਮੈਂ ਕਿ ਬੈਂਕ ਪੈਸਾ ਨਹੀਂ ਲਿਆ ਕੇ। ਹਾਂਜੀ ਆ ਇਹਦਾ ਆਈ ਕਾਰਡ, ਇਹ ਕਹਿੰਦਾ ਵੀ ਸਾਨੂੰ ਸਬਜ਼ੀ ਦਿਓ ਰੋਜ਼ 500 ਰੁਪਏ ਦੀ, ਅਸੀਂ ਇਹਨੂੰ ਦਿੰਦੇ ਨਹੀਂ ਸਬਜ਼ੀ, ਅਤੇ ਸਾਨੂੰ ਕਹਿੰਦਾ ਰੇੜੀਆਂ ਚੱਕੋ ਆਦੀਆਂ ਪਾਸੇ ਲੈ ਕੇ ਜਾਓ। ਆ ਕੰਡਾ ਵੱਟਾ ਕੱਲ੍ਹ ਮੈਨੂੰ ਕਹਿੰਦਾ ਮੈਂ ਤੇਰਾ ਕੰਡਾ ਵੱਟਾ ਲੈ ਜਾਊ ਚੱਕ ਕੇ, ਅੱਜ ਵੀ ਕੰਡਾ ਵੱਟੇ ਨੂੰ ਹੱਥ ਪਾਇਆ ਨੇ, ਮੈਂ ਅੱਜ ਵੀ ਫੜ ਕੇ ਰੋਕਿਆ। ਚਲੋ ਜੀ, ਕੀ ਨਾਮ ਤੁਹਾਡਾ? ਤਾਲੇਬਰ ਰਾਮ ਜੀ। ਕੀ ਕੰਮ ਕਰਦੇ ਹੋ? ਰੇੜੀ ਲਾਉਣਾ ਜੀ ਮੈਂ। ਕਿੱਥੇ? 3 ਬਰਸੂੰਗੀ 'ਤੇ ਜੀ। ਜੋ ਜਾਣਕਾਰੀ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਈ ਹੈ ਜਿਹਦੇ ਪੁਲਿਸ ਵਾਲੇ ਦੇ ਰੋਕ ਲੱਗ ਰਿਹਾ ਕਿ ਸਬਜ਼ੀ ਮੰਗਣ ਦੇ, ਨਹੀਂ ਜੀ ਇਹੋ ਜਿਹੀ ਕੋਈ ਗੱਲਬਾਤ ਹੈ ਨਹੀਂ ਜੀ। ਵੈਸੇ ਮੈਂ ਕੱਲ੍ਹ ਹੈ ਨਹੀਂ ਸੀਗਾ, ਰੇੜੀ ਲੱਗੀ ਸੀ, ਪਰ ਕੋਈ ਗੱਲਬਾਤ ਹੈ ਨਹੀਂ ਜੀ, ਬੰਦੇ ਚੰਗੇ ਇਹ ਜੀ, ਕੋਈ ਇਹੋ ਜਿਹੀ ਗੱਲਬਾਤ ਤਾਂ ਹੈ ਨਹੀਂ ਜੀ। ਤੁਹਾਡੇ ਕੋਲ ਵੀ ਸਬਜ਼ੀ ਸੁਬਜ਼ੀ ਲੈ ਗਏ ਕਦੇ? ਨਹੀਂ ਨਹੀਂ ਮੇਰੇ ਕੋਲ ਤਾਂ ਨਹੀਂ ਲੈ ਕੇ ਜਾਂਦੇ, ਮੈਂ ਤਾਂ ਫਲ ਦੀ ਰੇੜੀ ਲਾਉਂਦਾ ਜੀ, ਉਹ ਮੇਰੇ ਤੋਂ ਪੈਸੇ ਦੇ ਕੇ ਲੈ ਕੇ ਜਾਂਦੇ ਆ। ਇਹੋ ਜਿਹੀ ਕੋਈ ਗੱਲਬਾਤ ਹੈ ਨਹੀਂ, ਅੱਜ ਤੱਕ ਮੈਨੂੰ 20-22 ਸਾਲ ਹੋ ਗਏ ਲਾਉਂਦੇ ਨੂੰ, ਕੋਈ ਜਿਹੀ ਗੱਲਬਾਤ ਤਾਂ ਹੈ ਨਹੀਂ ਜੀ। ਤੁਹਾਡਾ? ਮੇਰਾ ਨਾਮ ਅਜੈਬ ਸਿੰਘ ਸਹੀ ਹੈ ਜੀ। ਅਜੈਬ ਸਿੰਘ ਜੀ, ਦਿਓ ਜਾਣਕਾਰੀ ਕਿ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਈ ਹੈ ਜਿੱਥੇ ਤੁਹਾਡੇ ਆਰੋਪ ਲੱਗ ਰਹੇ ਨੇ ਕਿ ਤੁਸੀਂ ਪੈਸੇ ਮੰਗ ਰਹੇ ਹੋ ਲੋਕਾਂ ਤੋਂ ਰੇੜੀ ਵਾਲਿਆਂ ਤੋਂ, ਕੀ ਗੱਲ, ਕੀ ਸੱਚਾਈ ਕੀ ਹੈ ਇਹਦੀ ਗੱਲ? ਸਰ ਇਹਦੇ ਵਿੱਚ ਮੈਂ 2 ਕੁ ਦਿਨ ਹੋ ਗਏ ਇੱਥੇ ਡਿਊਟੀ ਲੱਗੀ ਨੂੰ, ਮੈਂ ਦੇਖਿਆ ਵੀ ਇੱਥੇ ਚੁੰਗੀ ਨੰਬਰ 3 'ਤੇ ਤੋਂ ਲੈ ਕੇ ਪੁਰਾਣੀ ਚੁੰਗੀ ਨੰਬਰ 3 ਤੋਂ ਲੈ ਕੇ ਚੌਂਕ ਸੇਖਾਂ ਤੱਕ ਅਕਸਰ ਹੀ ਜਾਮ ਲੱਗਾ ਰਹਿੰਦਾ। ਜਾਮ ਹੋਣ ਕਰਕੇ ਅਸੀਂ ਰੇੜੀਆਂ ਨੂੰ ਸਾਈਡ 'ਤੇ ਕਰਨ ਲਈ ਆਮ ਹੀ ਕਹਿੰਦੇ ਰਹਿੰਦੇ ਹਾਂ, ਸਾਰੀਆਂ ਰੇੜੀਆਂ ਨੂੰ ਤਕਰੀਬਨ ਕਹਿੰਦੇ ਹਾਂ। ਇਹ ਜਿਹੜੇ ਇਹਨਾਂ ਨੇ ਸਬਜ਼ੀ ਵਾਲੇ ਜਿਹੜੇ ਇਲਜ਼ਾਮ ਲਾਏ ਆ, ਇਹ ਝੂਠੇ ਆ, ਬੇਬੁਨਿਆਦ ਆ, ਇਹਨਾਂ ਵਿੱਚ ਕੋਈ ਸੱਚਾਈ ਨਹੀਂ। ਤੁਸੀਂ ਉਹਨੂੰ ਰੇੜੀ ਪਾਸੇ ਕਰਨ ਲਈ ਕਹਿ ਰਹੇ? ਹਾਂ ਅਸੀਂ ਉਹਨਾਂ ਨੂੰ ਰੇੜੀ ਜਿਹੜੀ ਸਾਈਡ 'ਤੇ ਕਰਨ ਲਈ ਕਿਹਾ ਸੀਗਾ, ਅਤੇ ਬਾਕੀ ਇਹੋ ਜਿਹੀ ਕੋਈ ਗੱਲਬਾਤ ਨਹੀਂ। ਜਿਹਨਾਂ ਨੇ ਤੁਹਾਨੂੰ ਕਿਹਾ, ਤੁਸੀਂ ਉਹਨਾਂ ਨੂੰ ਜਾਣਦੇ ਹੋ? ਹਾਂਜੀ ਸਰ ਜਾਣਦੇ ਹੋ ਉਹਨਾਂ।